ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਤੇ ਸ਼ੋਅ ਚੱਲ ਰਿਹਾ ਹੈ ਦੇਸੀ ਕਲਾਕਾਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਬੁਖਾਰ ਭੱਲਾ ਵੱਲੋਂ ਰੰਗਲਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰ, ਨੈਕਸਟ ਸੀਜ਼ਨ ਕਦੋਂ ਆ ਰਿਹਾ? ਨੈਕਸਟ ਸੀਜ਼ਨ ਬਸ ਜੀ, ਅੱਜ ਤੁਹਾਨੂੰ ਦੱਸਿਆ ਤਾਂ ਹੀ ਚੱਲਿਆ, ਰਾਈਟਿੰਗ ਚੱਲ ਰਹੀ ਹੈ ਉੱਥੇ, ਬਸ ਰੱਬ ਸੁੱਖ ਰੱਖੇ ਜੀ, ਦਸੰਬਰ ਐਂਡਿੰਗ ਦੇ ਵਿੱਚ ਸ਼ੂਟ ਸ਼ੁਰੂ ਕਰ ਦਿੰਦੇ ਹਾਂ। ਕੋਈ ਨਵੇਂ ਕਿਰਦਾਰ ਆ ਰਹੇ ਨੇ ਇਹਦੇ ਵਿੱਚ, ਕੀ ਚੇਂਜ? ਨਵੇਂ ਕਿਰਦਾਰ ਬਹੁਤ ਆ ਰਹੇ ਨੇ ਜੀ ਇਹਦੇ ਵਿੱਚ, ਪੁਰਾਣੇ ਤਾਂ ਹੁਣ ਵੀ ਹੋਣਗੇ। ਕਮੇਡੀ ਕਦਾ ਕਰਦੇ ਨੇ ਤੇ ਘਰ ਦਾ ਮਾਹੌਲ ਵੀ ਇਵੇਂ ਦਾ ਹੀ ਹੁੰਦਾ? ਹਾਂ ਜੀ, ਇਦਾਂ ਦਾ ਹੀ ਹੁੰਦਾ ਜੀ, ਤੋੜ ਕੇ ਛੱਡਦੇ ਰਹਿੰਦੇ ਸਾਡੇ ਤੇ ਵੀ, ਜਿਹੜਾ ਕੋਈ ਆਉਂਦਾ ਇਹ ਆ ਗਿਆ ਤੇ ਛੱਡਤਾ। ਫੇਮਸ ਡਾਇਲੋਗ ਹੈ ਗੰਦੀ ਔਲਾਦ ਨਾਮ। ਹਾਂ ਜੀ, ਮੇਰੇ ਤੋਂ ਮਿਲਿਆ ਲਿਖਿਆ ਮੇਰੇ ਕਰਕੇ। ਪੂਰੀ ਨਹੀਂ ਹੁੰਦੀ ਇੱਕ ਸੁੱਤੀ ਡਿਗਰੀ, ਪਰ ਡਿਗਰੀ ਦੇ ਦਿੱਤੇ ਸਾਨੂੰ ਯਾਰ ਜਿਗਰੀ। ਉਹ ਪੂਰੀ ਨਹੀਂ ਹੁੰਦੀ ਇੱਕ ਸੁੱਤੀ ਡਿਗਰੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਤੇ ਸ਼ੋਅ ਚੱਲ ਰਿਹਾ ਹੈ ਦੇਸੀ ਕਲਾਕਾਰ। ਕਹਿੰਦੇ ਨੇ ਵੀ ਦੋਸਤੀ ਕਿਸੇ ਵੀ ਖਾਸ ਇਨਸਾਨ ਦੇ ਨਾਲ ਨਹੀਂ ਹੁੰਦੀ, ਬਲਕਿ ਜਿਸ ਨਾਲ ਹੁੰਦੀ ਹੈ ਉਹ ਵਿਅਕਤੀ ਤੁਹਾਡੇ ਲਈ ਖਾਸ ਬਣ ਜਾਂਦਾ ਹੈ। ਤੇ ਅਜਿਹੇ ਹੀ ਕੁਝ ਕਨਸੈਪਟ ਤੇ ਬਣੀ ਸੀ ਪਹਿਲੀ ਪੰਜਾਬੀ ਵੈਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ, ਤੇ ਉਹਦੇ ਦੋ ਕਿਰਦਾਰ ਸਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ, ਲੱਕੀ ਤੇ ਜਸ, ਯਾਨੀ ਕਿ ਪੁਖਰਾਜ ਪੱਲਾ ਤੇ ਕਰਨ ਸੰਧਵਾਲੀਆ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਵੈਲਕਮ ਟੂ ਰੰਗਲਾ ਟੀਵੀ ਸਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਪੁਖਰਾਜ ਭੱਲਾ ਵੱਲੋਂ ਰੰਗਲਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਜਿੱਦਾਂ ਕਿ ਮੈਂ ਕਿਹਾ ਪਹਿਲੀ ਵੈਬ ਸੀਰੀਜ਼ ਜਾ ਜਿਗਰੀ ਕਸੂਤੀ ਡਿਗਰੀ, ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਆਪਾਂ ਸ਼ੁਰੂ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਉਸ ਚੀਜ਼ ਦੀ, ਤਾਂ ਬਹੁਤ ਰਿਸਪੋਂਸੀਬਿਲਟੀ ਹੁੰਦੀ ਹੈ ਕਿਉਂਕਿ ਟ੍ਰੈਂਡ ਸ਼ੁਰੂ ਕਰ ਰਹੇ ਹੋ, ਹੈ ਨਾ। ਟ੍ਰੈਂਡ ਸ਼ੁਰੂ ਕਰਨਾ ਜਾਂ ਉਹਨੂੰ ਕਰਨਾ ਜਿਹੜਾ ਹੈ ਬਹੁਤ ਹੀ ਔਖਾ ਹੁੰਦਾ ਹੈ, ਕੋਈ ਈਜ਼ੀ ਗੱਲ ਨਹੀਂ ਹੈ। ਪਰ ਜਦੋਂ ਤੁਸੀਂ ਇਹ ਕਨਸੈਪਟ ਸੋਚਿਆ ਸੀਗਾ ਤਾਂ ਲੋਕਾਂ ਦੇ ਰੂਬਰੂ ਲੈ ਕੇ ਆਉਣਾ ਸੀਗਾ, ਤਾਂ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਕਿੰਨਾ ਕੁ ਪ੍ਰੈਸ਼ਰ ਸੀਗਾ ਤੁਹਾਡੇ 'ਤੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਜੀ ਕਿ ਮੈਂ ਬੀਟੈਕ ਇਨ ਫਿਲਮ ਮੇਕਿੰਗ ਐਂਡ ਪ੍ਰੋਡਕਸ਼ਨ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸੋ ਉੱਥੇ ਮੇਰੇ ਨਾਲ ਮੇਰਾ ਜਿਹੜਾ ਫਰੈਂਡ ਜਿਹੜਾ ਸਭ ਤੋਂ ਪਹਿਲਾਂ ਜੁੜਿਆ ਉਹ ਸੀਗਾ ਰੈਬੀ ਟਿਵਾਣਾ, ਜਿਹੜਾ ਕਿ ਇਸ ਸੀਰੀਜ਼ ਦਾ ਡਾਇਰੈਕਟਰ। ਸੋ ਜਿੱਦਣ ਸਾਡਾ ਪਹਿਲਾ ਦਿਨ ਸੀਗਾ ਯੂਨੀਵਰਸਿਟੀ ਦਾ, ਉੱਦਣ ਹੀ ਉਹਨੇ ਮੈਨੂੰ ਆਹ ਚੀਜ਼ ਮੇਰੇ ਨਾਲ ਸ਼ੇਅਰ ਕੀਤੀ ਸੀਗੀ ਕਿ ਯਾਰ ਫਿਲਮਾਂ ਤਾਂ ਆਪਾਂ ਚਲੋ ਬਣਾਵਾਂਗੇ, ਪਰ ਜਿਹੜਾ ਇੱਕ ਮੇਰੀ ਅੰਦਰੂਨੀ ਖੁਆਇਸ਼ ਆ ਜਿਹੜੀ, ਉਹ ਇੱਕ ਵੈਬ ਸੀਰੀਜ਼ ਬਣਾਉਣ ਦੀ ਹੈ। ਸੋ ਉਹਨੇ ਉੱਦਣ ਮੇਰੇ ਨਾਲ ਡਿਸਕਸ ਕੀਤਾ ਸੀ, ਫਿਰ ਉਹਦੇ ਵਿੱਚ ਬਹੁਤ ਸ਼ਾਰਟ ਫਿਲਮਸ ਵੀ ਕੀਤੀਆਂ, ਫੀਚਰ ਫਿਲਮਸ ਵੀ ਕੀਤੀਆਂ, ਪਰ ਇਹ ਜਿਹੜਾ ਸੁਪਨਾ ਜਾ ਕੇ ਸੱਚ ਹੋਇਆ ਜੀ, ਉਹ ਅਸੀਂ ਸ਼ੂਟ ਕਰਨਾ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਸੀ 2017 ਚ, ਤੇ ਉਹ ਕਰਦੇ ਕਰਦੇ ਬਹੁਤ ਜਿੰਨੇ ਚੈਨਲ ਸੀਗੇ, ਪੰਜਾਬੀ ਚੈਨਲ ਸੀਗੇ, ਬਹੁਤ ਜਣਿਆਂ ਤੋਂ ਟੱਕਰਾਂ ਵੀ ਖਾਧੀਆਂ, ਨਾ ਵੀ ਸੁਣੀ ਬਹੁਤ ਚੈਨਲਸ ਤੋਂ, ਪਰ ਜੋ ਹੋਣਾ ਹੁੰਦਾ ਜੀ ਉਹ ਤਾਂ ਫਿਰ ਹੋਣਾ ਹੀ ਹੁੰਦਾ। ਸੋ 2018 ਦੇ ਵਿੱਚ ਸਾਡਾ ਪਹਿਲਾ ਐਪੀਸੋਡ ਆਇਆ ਜੀ ਯਾਰ ਜਿਗਰੀ ਕਸੂਤੀ ਡਿਗਰੀ ਦਾ। ਸੋ ਤੁਸੀਂ ਸਭ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ, ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਰ, ਤੁਹਾਡੇ ਕਰੈਕਟਰ ਦੀ ਗੱਲ ਕਰਦੇ ਹਾਂ, ਬਹੁਤ ਆਬਜ਼ਰਵੇਸ਼ਨ ਵਾਲਾ ਕਰੈਕਟਰ ਸੀਗਾ ਜਸ, ਹੈ ਨਾ, ਅਤੇ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਈ ਤੁਹਾਨੂੰ ਕਰੈਕਟਰ ਬਾਰੇ ਦੱਸਿਆ ਗਿਆ, ਅਤੇ ਤੁਸੀਂ ਸੈਟੀਸਫਾਈ ਸੀਗੇ ਕਿ ਹਾਂ ਮੈਂ ਇਹ ਕਰੈਕਟਰ ਕਰੂੰਗਾ? ਸਕ੍ਰਿਪਟ ਦੇਖੋ ਜੀ, ਪਾਇਲਟ ਹੀ ਮੈਂ ਲਿਖਿਆ ਸੀ, ਮਤਲਬ ਜਦੋਂ ਉਹ ਅਸੀਂ ਸ਼ੁਰੂ ਕੀਤਾ ਸੀਗਾ ਤਾਂ ਕਰੈਕਟਰਾਈਜੇਸ਼ਨ ਅਸੀਂ ਸਾਰੇ ਜਿੰਨੀ ਸਾਡੀ ਟੀਮ ਆ ਅਸੀਂ ਸਾਰੇ ਇਕੱਠੇ ਬਹਿ ਕੇ ਸਕ੍ਰਿਪਟ ਲਿਖਦੇ ਹਾਂ। ਸੋ ਮੈਂ ਜਿਹੜਾ ਮੇਰਾ ਕੈਰੈਕਟਰ ਸੀ ਮੈਂ ਪਹਿਲਾਂ ਰੂਪ ਦਾ ਕਰਨਾ ਸੀ, ਮੈਂ ਆਪਣੇ ਲਈ ਉਹ ਲਿਖਿਆ ਸੀ। ਸੋ ਉਹ ਫਿਰ ਰੈਬੀ ਦੀ ਆਬਜ਼ਰਵੇਸ਼ਨ ਸੀਗੀ ਵੀ ਨਹੀਂ ਤੂੰ ਜੱਸਦਾ ਕਰੇਗਾ, ਵੀ ਮੈਂ ਚਾਹੁੰਦਾ ਵੀ ਤੇਰੇ 'ਤੇ ਜ਼ਿਆਦਾ ਉਹ ਸੂਟ ਕਰੂਗਾ। ਸੋ ਉੱਦਾਂ ਹੀ ਸਾਰਿਆਂ ਨੂੰ ਪਸੰਦ ਵੀ ਉੱਦਾਂ ਹੀ ਆਇਆ ਜੀ। ਸੋ ਮੈਂ ਪਹਿਲਾਂ ਰੂਪ ਦਾ ਕਰਨਾ ਸੀਗਾ, ਇਹਦਾ ਸ਼ੁਰੂ ਤੋਂ ਹੀ ਮੈਂ ਲੱਕੀ ਦਾ ਲਿਖਿਆ ਹੋਇਆ ਸੀਗਾ, ਅਤੇ ਕਿਉਂਕਿ ਮੇਰੇ ਨਾਲ 2013 ਤੋਂ ਇਕੱਠੇ ਨੇ ਇਹ ਦੋ, ਅਸੀਂ ਸਟੂਪਿਡ 7 ਫਿਲਮ ਪਹਿਲੀ ਇਕੱਠੇ ਸ਼ੂਟ ਕੀਤੀ ਸੀਗੀ, ਉਦੋਂ ਅਸੀਂ ਪਲੱਸ 2 'ਚ ਹੁੰਦੇ ਸੀ ਆਈ ਥਿੰਕ, ਅਤੇ ਇਹਦਾ ਤਾਂ ਮੈਨੂੰ ਸ਼ੋਰ ਸ਼ਾਟ ਸੀਗਾ ਵੀ ਇਹਦਾ ਕੌਮਿਕ ਹੀ ਜਚੂਗਾ, ਅਤੇ ਤਾਂ ਹੀ ਇਹਦਾ ਲੱਕੀ ਕੈਰੈਕਟਰ ਲਿਖਿਆ ਸੀ ਉਦੋਂ। ਸਰ, ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਹੜਾ ਤੁਹਾਡਾ ਕਰੈਕਟਰ ਸੀਗਾ ਲੱਕੀ, ਹੈ ਨਾ, ਲੋਕਾਂ ਨੇ ਬਹੁਤ ਪਿਆਰ ਕੀਤਾ, ਮੈਨੂੰ ਵੀ ਪਰਸਨਲੀ ਬਹੁਤ ਪਸੰਦ ਸੀਗਾ, ਅਤੇ ਰੀਅਲ ਲਾਈਫ ਦੇ ਵਿੱਚ ਕਰਨ ਲੱਕੀ ਆ ਜਾਂ ਕਰਨ ਹੀ ਆ? ਕਰਨ ਤਾਂ ਦੇਖੋ ਜੀ ਕਰਨ ਹੀ ਆ, ਅਤੇ ਗੱਲ ਇਹ ਹੈ ਕਿ ਕਰੈਕਟਰ ਕਰਨ ਲਈ ਇੱਕ ਮਿਲਿਆ ਅਤੇ ਬਹੁਤ ਵਧੀਆ ਸੀਗਾ ਪੁਖਰਾਜ ਨੇ ਜੋ ਲਿਖਿਆ, ਅਤੇ ਇਹਨੂੰ ਲੱਗਿਆ ਕਿ ਹਾਂ ਮੈਂ ਉਹ ਕਰੈਕਟਰ ਕਰ ਸਕਦਾ ਹਾਂ, ਅਤੇ ਬੜਾ ਕੁਛ ਉਹਦੇ ਵਿੱਚ ਖੇਡਣ ਨੂੰ ਬਹੁਤ ਕੁਛ ਸੀਗਾ। ਹੁਣ ਜਿਵੇਂ ਕਿ ਵਿੱਚ ਜਿਹੜਾ ਫੌਜੀ ਵਾਲਾ ਕਿਰਦਾਰ ਸੀਗਾ ਉਹ 'ਚ ਕਰੈਕਟਰ ਸੀਗਾ, ਉਹ ਹੁਣ ਐਕਚੁਅਲ 'ਚ ਤਾਂ ਮੈਂ ਕਰ ਨਹੀਂ ਸਕਦਾ, ਉਹ ਨਾ ਮੈਂ ਹੈਗਾ ਹੈ ਜੀ ਇੱਦਾਂ ਦਾ, ਅਤੇ ਉਹ ਚੀਜ਼ ਕਰਨ ਲਈ ਉਹਦੇ ਵਿੱਚ ਬਹੁਤ ਵਧੀਆ ਮਿਲੀ। ਫਿਰ ਫਾਦਰ ਸਾਹਿਬ ਨਾਲ ਜਿਹੜਾ ਸੀਗਾ ਅਤੇ ਉਹ ਵੀ ਬਹੁਤ ਕੁਛ ਸੀਗਾ,
ਫਰੈਂਡਸ ਨਾਲ ਜਿਵੇਂ ਪੁਖਰਾਜ ਨਾਲ ਅੱਡ ਮੇਰਾ ਚੱਲਦਾ ਆ ਤੇ ਦੋਸਤ ਬਾਕੀ ਜਿਹੜੇ ਦੋਸਤ ਹੈਗੇ ਆ ਕੀਰਤ ਜਿਹੜੀ ਹੈਗੀ ਆ ਉਹਨਾਂ ਅੱਡ ਚੱਲਦਾ ਆ ਤੇ ਉਹ ਕਾਫੀ ਕੁਛ ਮੈਨੂੰ ਬਹੁਤ ਕੁਛ ਮਿਲਿਆ ਉਹ ਖੇਡਣ ਲਈ ਤੇ ਬਹੁਤ ਵਧੀਆ ਸੀਗਾ ਕਰੈਕਟਰ ਲਿਖਿਆ ਇਹਨਾਂ ਨੇ ਸਰ ਤੁਸੀਂ ਬਹੁਤ ਸਾਰੇ ਕਰੈਕਟਰ ਲਿਖੇ ਆ ਨਾ ਕਿਹੜੇ ਕਿਹੜੇ ਕਰੈਕਟਰ ਲਿਖੇ ਤੇ ਆਪਣੇ ਲਿਖੇ ਹੋਏ ਵਿੱਚੋਂ ਕਿਹੜਾ ਕਰੈਕਟਰ ਤੁਹਾਡਾ ਫੇਵਰਿਟ ਆ ਸੋ ਲਿਖੇ ਜੀ ਮੈਂ ਜਸ ਦਾ ਜਿਹੜਾ ਕੈਰੈਕਟਰ ਸੀਗਾ ਉਹ ਮੈਂ ਇਹਨਾਂ ਨੇ ਲਿਖਿਆ ਉਹ ਰੈਬੀ ਨੇ ਲਿਖਿਆ ਜ਼ਿਆਦਾ ਸੋ ਮੈਂ ਲੱਕੀ ਦਾ ਲਿਖਿਆ ਸੀਗਾ ਜੀ ਰੂਪ ਦਾ ਲਿਖਿਆ ਸੀ ਕੀਰਤ ਦਾ ਲਿਖਿਆ ਸੀ ਮਤਲਬ ਇਹ ਜਿਹੜੇ ਨਾਮ ਬਿਲਡਅਪ ਪਹਿਲਾਂ ਕਈ ਕੈਰੈਕਟਰਸ ਦੇ ਨਾਮ ਕੁਛ ਹੋਰ ਸੀਗੇ ਉਹ ਫਿਰ ਬਾਅਦ ਦੇ ਵਿੱਚ ਸੋਧੇ ਗਏ ਉੱਦਾਂ ਸੋ ਕਾਫੀ ਕੈਰੈਕਟਰਸ ਜਿਵੇਂ ਮੈਨੂੰ ਅੰਬੀ ਦਾ ਕਰੈਕਟਰ ਬਹੁਤ ਵਧੀਆ ਲੱਗਦਾ ਉਹ ਰੈਬੀ ਦਾ ਹੀ ਸੀਗਾ ਕੈਰੈਕਟਰ ਉਹ ਸੋ ਇਹੋ ਜਿਹੇ ਇਹਦਾ ਹੋ ਗਿਆ ਅੰਬੀ ਦਾ ਹੋ ਗਿਆ ਓਵਰਆਲ ਸਾਰਿਆਂ ਨੂੰ ਸਾਰੇ ਕਰੈਕਟਰ ਦੇ ਨਾਲ ਇੰਨੀ ਜ਼ਿਆਦਾ ਅਟੈਚਮੈਂਟ ਆ ਤਾਂ ਮੈਨੂੰ ਲੱਗਦਾ ਕੋਈ ਕੈਰੈਕਟਰ ਮੈਂ ਇੱਦਾਂ ਨਹੀਂ ਕਹਿ ਸਕਦਾ ਵੀ ਮੇਰਾ ਇਹ ਫੇਵਰੇਟ ਨਹੀਂ ਹੈਗਾ ਸੋ ਸਾਰੇ ਦਿਲ ਦੇ ਕਰੀਬ ਨੇ ਠੀਕ ਹੈ ਸਰ ਟਾਈਟਲ ਟਰੈਕ ਦੀ ਗੱਲ ਕਰਾਂਗੇ ਬਹੁਤ ਸੋਹਣਾ ਲਿਖਿਆ ਵੀ ਤੁਸੀਂ ਲਿਖਿਆ ਹੈ ਨਾ ਤੇ ਸ਼ੈਰੀ ਨੇ ਬਹੁਤ ਹੀ ਵਧੀਆ ਗਾਇਆ ਵੀ ਹੈ ਨਾ ਤੇ ਉਹ ਜਿਹੜਾ ਟਾਈਟਲ ਟਰੈਕ ਸੀਗਾ ਜਿਹੜਾ ਉਹਨੂੰ ਰਿਲੀਜ਼ ਕਰਨਾ ਸੀ ਪਰ ਉਹ ਲੀਕ ਹੋ ਗਿਆ ਉਹਦੇ ਪਿੱਛੇ ਕੀ ਸਟੋਰੀ ਹੈ ਉਹਦੇ ਪਿੱਛੇ ਵੀ ਸਟੋਰੀ ਦੱਸਦੇ ਹਾਂ ਜੀ ਤੁਹਾਨੂੰ ਪਹਿਲਾਂ ਤਾਂ ਸ਼ੈਰੀ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਇੰਨਾ ਸਪੋਰਟ ਕੀਤਾ ਸਾਨੂੰ ਤੇ ਬਿਨਾਂ ਕਿਸੇ ਡਿਮਾਂਡ ਤੋਂ ਬਿਨਾਂ ਕਿਸੇ ਵੀ ਗੱਲ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਕੋਈ ਵੀ ਜਾਂ ਜਦੋਂ ਅਸੀਂ ਸਾਡਾ ਐਪੀਸੋਡ ਆਉਣਾ ਹੁੰਦਾ ਸੀਗਾ ਉਹ ਪਹਿਲਾਂ ਹੀ ਸਵਾਇਪ ਆਪਾਂ ਆਉਂਦੇ ਸੀਗੇ ਅਤੇ ਉਹਨਾਂ ਦਾ ਬੜਾ ਸਪੋਰਟ ਰਿਹਾ ਬਾਈ ਨੇ ਪੁਖਰਾਜ ਨੇ ਮੈਨੂੰ ਕਿਹਾ ਸੀਗਾ ਹੋਰ ਵੀ ਆਰਟਿਸਟ ਸੀਗੇ ਰਾਈਟਰ ਸੀਗੇ ਜਿਨ੍ਹਾਂ ਨੇ ਲਿਖਣ ਲਈ ਜਿਨ੍ਹਾਂ ਨੂੰ ਕਿਹਾ ਗਿਆ ਸੀ ਪਰ ਪੁਖਰਾਜ ਨੇ ਅੱਡ ਕਿਹਾ ਸੀਗਾ ਮੈਨੂੰ ਲਿਖਣ ਲਈ ਅਤੇ ਉਹ ਉਹਨਾਂ ਨੂੰ ਬਹੁਤ ਵਧੀਆ ਲੱਗਾ ਪਸੰਦ ਆਇਆ ਜਦੋਂ ਉਹਨਾਂ ਨੂੰ ਮਤਲਬ ਜਿੰਨੇ ਬਾਕੀ ਸਾਰੇ ਜਿੰਨੇ ਲਿਰਿਸਿਸਟ ਨੇ ਜਿੰਨੇ ਰਿਨਾਊਂਡ ਲਿਰਿਸਿਸਟ ਨੇ ਜਿੰਨੇ ਉਹਨਾਂ ਦੇ ਵਿੱਚੋਂ ਸਾਰਿਆਂ 'ਚੋਂ ਜ਼ਿਆਦਾ ਸ਼ੈਰੀ ਬਾਈ ਨੂੰ ਪਸੰਦ ਇਹਦਾ ਲਿਖਿਆ ਹੋਇਆ ਆਇਆ ਸੀਗਾ ਸੋ ਉਹ ਵੀ ਬਹੁਤ ਵੱਡੀ ਆਪਣੇ ਆਪ 'ਚ ਅਚੀਵਮੈਂਟ ਸੀ ਸਾਡੇ ਲਈ ਹਾਂਜੀ ਅਤੇ ਜਦੋਂ ਗਾਣਾ ਬਣ ਗਿਆ ਬਣਨ ਤੋਂ ਬਾਅਦ ਪੁਖਰਾਜ ਜੀ ਉੱਥੇ ਸੀਗੇ ਜਾ ਰਹੇ ਆਈ ਥਿੰਕ ਉਹਦੀ ਓਪਨਿੰਗ 'ਤੇ ਸੀਗਾ ਕੈਨੇਡਾ ਟੂਰ ਸੀਗਾ ਉਹਦਾ ਮੇਰੀ ਫਿਲਮ ਆ ਰਹੀ ਆ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਉਹਦਾ ਅਨਾਊਂਸਮੈਂਟ ਸੀਗੀ ਉਸ ਫਿਲਮ ਅਤੇ ਉਹਨਾਂ ਲਈ ਗਏ ਸੀਗੇ ਅਤੇ ਅਚਾਨਕ ਫਿਰ ਫੋਨ ਸਾਨੂੰ ਆ ਗਿਆ ਕਿ ਇੱਦਾਂ ਗਾਣਾ ਲੀਕ ਹੋ ਗਿਆ ਆ ਅਜੇ ਕੁਛ ਵੀ ਨਹੀਂ ਆਇਆ ਵੀ ਨਹੀਂ ਸੀਗਾ ਕੁਛ ਉਦੋਂ ਇੰਨੀ ਉਮੀਦ ਸੀਗੀ ਅਤੇ ਪਹਿਲਾਂ ਇੱਦਾਂ ਗਾਣਾ ਲੀਕ ਹੋ ਗਿਆ ਪਤਾ ਨਹੀਂ ਲੱਗਿਆ ਕਿੱਧਰੋਂ ਕੀ ਹੋਇਆ ਫਿਰ ਪੁਖਰਾਜ ਨੂੰ ਮੈਂ ਦੱਸਿਆ ਬਾਹਰ ਸੀਗਾ ਇਹ ਸੋ ਫਿਰ ਸ਼ੈਰੀ ਬਾਈ ਨੇ ਫਿਰ ਹੌਸਲਾ ਦਿੱਤਾ ਉਹ ਕਹਿੰਦੇ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਹਦੇ ਤੋਂ ਹੋਰ ਪਤਾ ਲੱਗੂਗਾ ਵੀ ਆਪਣਾ ਗਾਣਾ ਕਿੰਨਾ ਕੁ ਵਧੀਆ ਲੋਕ ਕਿੰਨਾ ਕੁ ਰਿਸਪੋਂਸ ਕਰ ਰਹੇ ਆ ਅਤੇ ਬਸ ਵਧੀਆ ਫਿਰ ਉਸ ਤੋਂ ਬਾਅਦ ਵੀਡੀਓ ਆਪਾਂ ਬਣਾ ਤੀ ਜਲਦੀ ਜਲਦੀ ਅਤੇ ਰਿਲੀਜ਼ ਕਰ ਦਿੱਤਾ ਬਹੁਤ ਪਿਆਰ ਦਿੱਤਾ ਲਿਖਿਆ ਤਾਂ ਸੋਹਣਾ ਸੀ ਪਰ ਤੁਸੀਂ ਗਾਉਂਦੇ ਵੀ ਬਹੁਤ ਸੋਹਣਾ ਤੇ ਸੁਣਨਾ ਜ਼ਰੂਰ ਚਾਹਾਂਗੇ ਹਾਂਜੀ ਕਹੀਂ ਕਾਲਜ ਦੇ ਵਿੱਚ ਆਉਂਦੇ ਯਾਰੋ ਟਾਈਮ ਪਾਸ ਨੂੰ ਕਈਆਂ ਦੀ ਹੋ ਜੁੜਗਰੀ ਉਹ ਬੈਠੇ ਇਸ ਆਸ ਨੂੰ ਕਈ ਯਾਰ ਸੈੱਟ ਨੇ ਹੁੰਦੇ ਕਈਆਂ ਦੇ ਜੈਕ ਨੇ ਹੁੰਦੇ ਕਈਆਂ ਤੋਂ ਪਰਚੀ ਫੜੀ ਗਈ ਤੇ ਗੱਲ ਵਿਗੜੀ ਪੂਰੀ ਨਹੀਂ ਹੁੰਦੀ ਇੱਕ ਸੂਤੀ ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ ਯਾਰ ਜਿਗਰੀ ਮੈਂ ਸ਼ੁਰੂ ਤੋਂ ਹੀ ਗੁਣਗੁਣਾਉਂਦਾ ਹੁੰਦਾ ਸੀਗਾ ਮੈਂ ਕਦੀ ਰਿਆਜ਼ ਨਹੀਂ ਕੀਤਾ ਫਰੈਂਕਲੀ ਨਾ ਕਦੀ ਇਹਨਾਂ ਵਾਂਗੂ ਤਾਂ ਖਾਸ ਕਰ ਕਿਉਂਕਿ ਬਾਈ ਦੀ ਸ਼ੁਰੂ ਤੋਂ ਹੀ ਫੋਕ ਆਵਾਜ਼ ਆ ਤੇ ਬਾਈ ਹੁਣੀ ਸਿੱਖੇ ਹੋਏ ਨੇ ਮਜ਼ੇ ਹੋਏ ਕਲਾਕਾਰ ਨੂਰਾ ਸਿਸਟਰਸ ਤੋਂ ਸੋ ਮੈਂ ਤਾਂ ਮਤਲਬ ਮੇਰਾ ਤਾਂ ਸਿਰਫ ਇੱਕ ਸ਼ੌਂਕ ਸੀਗਾ ਉਹ ਮੈਂ ਵਿੱਚੇ ਕੀੜਾ ਕੱਢ ਲਿਆ ਸੀਰੀਜ਼ ਦਾ ਪਰ ਮੇਨ ਜਿਹੜਾ ਮੇਰਾ ਫੋਕਸ ਹੈਗਾ ਉਹ ਐਕਟਿੰਗ ਹੀ ਹੈ ਥੋੜ੍ਹਾ ਜਿਹਾ ਤੁਹਾਡੇ ਤੋਂ ਵੀ ਸੁਣਨਾ ਚਾਹਾਂਗੇ ਕਿਹੜਾ ਕਿਹੜਾ ਸੁਣਾਈਏ ਮੈਂ ਮਾਨਕ ਸਾਹਿਬ ਦਾ ਸੁਣਾਉਣਾ ਮੈਨੂੰ ਬਹੁਤ ਪਸੰਦ ਆ ਉਹ ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਕੀ ਅੰਬੀਆਂ ਪੱਕੀਆਂ ਹੋ ਅੱਗ ਦੇ ਭਾਂਬੜ ਵਰਗੀਆਂ ਤੀਆਂ ਨੀ ਤਾਂ ਸਾਂਭ ਬੁੱਕਲ ਵਿੱਚ ਰੱਖੀਆਂ ਹੋ ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸਾਂ ਸਿਦਕਾਂ ਨਾਲ ਹੰਡਾਈਆਂ ਹੋ ਕੂੰਜਾਂ ਵਾਂਗ ਪਰਾਉਣੀਆਂ ਤੀਆਂ ਉਹ ਤੇਰੇ ਵਿਹੜੇ ਦੋ ਦਿਨ ਆਈਆਂ
ਕੱਢਣਾ ਚਾਹੀਦਾ ਆ ਤੇ ਮੈਨੂੰ ਐ ਲੱਗਦਾ ਕਿ ਜਿਹੜਾ ਤੀਰ ਛੱਡਿਆ ਸੀਗਾ ਟਿਕਾਣੇ ਤੇ ਜਾ ਲੱਗਿਆ ਜੀ। ਬਿਲਕੁਲ ਬਿਲਕੁਲ, ਤੁਹਾਡਾ ਸਾਰਿਆਂ ਨੇ ਐਕਟਿੰਗ ਸਿੰਗਿੰਗ ਸਾਰੀ ਚੀਜ਼ਾਂ ਨੂੰ ਬਹੁਤ ਜਿਹੜਾ ਹੈਗਾ ਸਾਰਾ ਕੁਝ ਆਡੀਅੰਸ ਦੇ ਸਾਹਮਣੇ ਆ, ਬਹੁਤ ਵਧੀਆ ਤੁਸੀਂ ਕਰ ਰਹੇ ਹੋ। ਮੈਂ ਮੂਵੀ ਤੋਂ ਬਾਅਦ ਜੋ ਸਟੂਪਿਡ ਸੈਵਨ ਕੀਤੀ ਸੀਗੀ ਉਸ ਤੋਂ ਬਾਅਦ ਮੈਂ ਥੀਏਟਰ ਜੁਆਇਨ ਕੀਤਾ ਸੀਗਾ 2013 ਤੋਂ ਬਾਅਦ। ਹਾਂਜੀ, ਤੇ ਹੁਣ ਤੱਕ ਮੈਂ ਥੀਏਟਰ ਕਰ ਰਿਹਾ ਹਾਂ, ਕਈ ਸ਼ੋਜ਼ ਕੀਤੇ, NSD ਮੈਂ ਜਾ ਕੇ ਆਇਆ, ਬੰਬੇ ਜਾ ਕੇ ਆਇਆ, ਤੇ ਇੰਡੀਆ ਦੇ ਮੈਂ ਕਹਿੰਦਾ ਹਰ ਇੱਕ ਕੋਨੇ 'ਚ ਪਲੇ ਕੀਤੇ ਹੋਏ ਆ ਤੇ ਸਿੱਖਿਆ ਵੀ ਬਹੁਤ ਕੁਛ ਆ। ਜਦੋਂ ਥੀਏਟਰ ਕੀਤਾ ਉਸ ਤੋਂ ਬਾਅਦ ਪਤਾ ਲੱਗਿਆ ਵੀ ਸਟੂਪਿਡ ਸੈਵਨ 'ਚ ਬਹੁਤ ਕੁਛ ਸੀਗਾ ਕਰਨ ਲਈ। ਤੇ ਸੋ ਸਿੰਗਿੰਗ ਦੀ ਜਿਹੜੀ ਗੱਲ ਆ, ਸ਼ੁਰੂਆਤ ਹੀ ਸਿੰਗਿੰਗ ਤੋਂ ਕੀਤੀ ਸੀਗੀ, ਪੂਰਾ ਸਿਸਟਰ ਕੋਲੋਂ ਸਿੱਖਿਆ, ਉਹਨਾਂ ਤੋਂ ਪਹਿਲਾਂ ਮਾਸਟਰ ਸਤੀਸ਼ ਜੀ ਤੋਂ ਸਿੱਖਿਆ ਸੀਗਾ। ਅਤੇ ਰਹੀ ਗੱਲ ਰਾਈਟਿੰਗ ਦੀ, ਉਹ ਫਿਰ ਰਾਤ ਨੂੰ ਜਦੋਂ ਬੈਠੀਦਾ ਸੀਗਾ ਅਤੇ ਉਦੋਂ ਲਿਖਣਾ ਸ਼ੁਰੂ ਕਰ ਦਿੱਤਾ। ਸੋ ਇਹ ਚੀਜ਼ਾਂ ਨਾਲ ਨਾਲ ਮੇਰੇ ਚੱਲਦੀਆਂ ਗਈਆਂ ਅਤੇ ਲੋਕਾਂ ਨੇ ਪਸੰਦ ਕੀਤੀਆਂ ਬਹੁਤ ਜ਼ਿਆਦਾ। ਦੇਖੋ ਜੀ, ਛੋਟੇ ਹੁੰਦੇ ਤਾਂ ਕਦੀ ਆਪਦੇ ਆਪ ਨੂੰ ਵੀ ਨਹੀਂ ਇਲਮ ਸੀਗਾ ਵੀ ਇਸ ਲਾਈਨ 'ਚ ਜਾਣਾ। ਉਦੋਂ ਤਾਂ ਬਸ ਇਹ ਹੁੰਦਾ ਸੀ ਵੀ ਸਕੂਲੋਂ ਛੁੱਟੀ ਮਿਲ ਗਈ ਵੀ ਹੁਣ ਇੱਧਰ ਸ਼ੂਟਿੰਗ 'ਤੇ ਜਾਵਾਂਗੇ। ਸੋ ਉੱਥੇ ਜਾਂਦੇ ਜਾਂਦੇ ਐਡਾ ਰੁਝਾਨ ਪੈਦਾ ਹੋ ਗਿਆ, ਪਤਾ ਹੀ ਨਹੀਂ ਲੱਗਿਆ ਕਿ ਸਕੂਲ ਤੋਂ ਛੁੱਟੀ ਮਾਰਨਾ ਅਤੇ ਇਹ ਪੈਸ਼ਨ ਕਦ ਤੋਂ ਬਣ ਗਿਆ ਵੀ ਐਕਟਿੰਗ ਵੱਲ ਨੂੰ ਕਦ ਤੋਂ ਹੋ ਗਿਆ। ਪਰ ਪਤਾ ਤਾਂ ਸੀਗਾ ਕਿਉਂਕਿ ਹੋਰ ਕੁਛ ਆਉਂਦਾ ਹੀ ਨਹੀਂ ਸੀ। ਅਤੇ ਜਦੋਂ ਫਿਰ ਸਭ ਤੋਂ ਪਹਿਲੀ ਜਿਹੜੀ ਫਿਲਮ ਸੀਗੀ ਜੀ, ਜਿਹੜਾ ਛਣਕਾਟੇ ਤਾਂ ਚਲੋ ਹੋਮ ਪ੍ਰੋਡਕਸ਼ਨ ਸੀਗੀ, ਜਦੋਂ ਜਿਹੜਾ ਸਭ ਤੋਂ ਪਹਿਲਾਂ ਬ੍ਰੇਕ ਮਿਲਿਆ ਜੀ ਉਹ ਮਿਲਿਆ 2013 ਦੇ ਵਿੱਚ ਸਟੂਪਿਡ ਸੈਵਨ ਫਿਲਮ ਜਿਹੜੀ ਅਸੀਂ ਦੋਨਾਂ ਨੇ ਇਕੱਠਿਆਂ ਨੇ ਕੀਤੀ। ਫਿਰ ਕੀਤੀ ਜੀ RSVP ਰੋਂਦੇ ਸਾਰੇ ਵਿਆਹ ਪਿੱਛੋਂ, ਫਿਰ ਕੀਤੀ ਜੀ ਵਿਸਾਖੀ ਲਿਸਟ, ਫਿਰ ਕੀਤੀ ਜੀ ਹਰਜੀਤਾ, ਗੋਲਕ ਬੋਗਨੀ ਬੈਂਕ ਅਤੇ ਬਟੂਆ ਅਫਸਰ, ਅਤੇ ਹੁਣ ਮੇਰੀ ਲੀਡ ਆ ਰਹੀ ਹੈ ਜੀ ਤੇਰੀਆਂ ਮੇਰੀਆਂ ਹੇਰਾ ਫੇਰੀਆਂ। ਸੋ ਇਹਦੇ ਵਿੱਚ ਜਦੋਂ ਮੈਂ ਫਸਟ ਈਅਰ 'ਚ ਸੀ ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਦੋਂ ਹੀ ਸਾਨੂੰ ਪਤਾ ਲੱਗ ਗਿਆ ਸੀ ਵੀ ਇੱਕ ਪ੍ਰੋਜੈਕਟ ਸਾਡੇ ਕੋਲ ਹੈਗਾ ਅਤੇ ਉਹ ਅਸੀਂ ਬਿਲਡਅਪ ਕਰਨਾ, ਉਹ ਕਿਵੇਂ ਕਰਨਾ ਉਹ ਪਰਮਾਤਮਾ ਨੇ ਕਰਾਇਆ। ਸੋ ਇਹ ਤਾਂ ਜੀ ਹੁਣ ਜਿਵੇਂ ਜਿਵੇਂ ਜੋ ਜੋ ਲਿਖਿਆ ਹੋਇਆ ਸੀਗਾ ਉਹੀ ਉਹੀ ਉੱਦਾਂ ਉੱਦਾਂ ਹੀ ਖੇਡਿਆ ਸੀ ਅਤੇ ਉੱਦਾਂ ਉੱਦਾਂ ਹੀ ਕਾਮਯਾਬ ਹੋਇਆ। ਸਾਰੇ ਜਿੰਨੇ ਉਹਦੇ ਚ ਸੀਗੇ ਅਸੀਂ ਦੋਨੇ ਸਭ ਤੋਂ ਜਿਆਦਾ ਕਲੋਜ਼ ਸੀਗੇ, ਅਸੀਂ ਸ਼ਰਾਰਤਾਂ ਵੀ ਬਹੁਤ ਕੀਤੀਆਂ, ਹਾਲਾਂਕਿ ਸਾਨੂੰ ਵਾਪਸ ਵੀ ਭੇਜ ਦਿੰਦੇ ਹੁੰਦੇ ਸੀ ਸ਼ੂਟਿੰਗ ਤੋਂ ਵੀ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਨੀ ਰੱਖਣਾ, ਹੋਟਲ ਵੀ ਸਾਡੇ ਚੇਂਜ ਕਰਕੇ ਦੇਖ ਲਏ। ਜ਼ਿਆਦਾ ਤਾਂ ਸ਼ਰਾਰਤਾਂ ਹੀ ਕੀਤੀਆਂ ਸੀ ਕਿਉਂਕਿ ਸਕੂਲ ਲਾਈਫ ਸੀਗੀ ਉਦੋਂ। ਪਰ ਜਿਹੜੇ ਸਾਡੇ ਦੋਨਾਂ ਦਾ ਜਿਹੜਾ ਇੱਕ ਫਰੈਂਡਸ ਨਾਲੋਂ ਜ਼ਿਆਦਾ ਜਿਹੜਾ ਜ਼ਿਆਦਾ ਭਰਾ ਮਾਲਾ ਪਿਆਰ ਆ ਉਹ ਉਹ ਪਰਮਾਤਮਾ ਨੇ ਸਾਨੂੰ ਬਖਸ਼ਿਆ ਜੀ। ਠੀਕ ਹੈ ਜੀ, ਅਤੇ ਜਾਰ ਜਿਗਰੀ ਕਸੂਤੀ ਡਿਗਰੀ ਦੇ ਵਿੱਚ ਜਿੰਨੇ ਵੀ ਯਾਰ ਦੋਸਤ ਨੇ ਇਕੱਠੇ ਪੜ੍ਹੇ ਹੋਏ ਹੋ ਸਾਰੇ? ਨਹੀਂ ਨਹੀਂ ਜੀ, ਬੇਸਿਕਲੀ ਇਹਨੂੰ ਮੈਂ ਜਾਣਦਾ ਸੀਗਾ ਸਟੂਪਿਡ ਸੈਵਨ ਤੋਂ, ਹੈ ਨਾ, 2013 ਤੋਂ। ਅੰਮ੍ਰਿਤ ਅੰਬੀ ਜਿਹੜਾ ਲਾਲੀ ਦਾ ਕੈਰੈਕਟਰ ਸੀ ਜਿਹਦਾ, ਉਹ ਸਾਡੇ ਸੀਨੀਅਰ ਸੀਗੇ ਜੀ, ਉਹ ਪਰ ਸੀਗੇ ਥੀਏਟਰ ਦੇ, ਅਤੇ ਕੀਰਤ ਜਿਹੜੀ ਸੀਗੀ ਉਹ ਵੀ ਥੀਏਟਰ ਦੀ, ਉਹ ਅੰਬੀ ਉਹਨਾਂ ਦੀ ਫਰੈਂਡ ਸੀ ਅੱਗੋਂ, ਅਤੇ ਬਾਕੀ ਜਿਵੇਂ ਡੇਜ਼ੀ ਸੀਗੀ ਉਹ ਸਾਡੇ ਉਹ ਮੇਰੀ ਪੁਰਾਣੀ ਫਰੈਂਡ ਸੀਗੀ ਜੀ, ਅਸੀਂ ਜਿੰਮ ਕਰਦੇ ਹੁੰਦੇ ਸੀਗੇ ਇਕੱਠੇ। ਸੋ ਇੱਦਾਂ ਹੀ ਸਾਰਿਆਂ ਦਾ ਨਾਲ ਰਾਬਤਾ ਹੋਇਆ ਜੀ। ਸਹੀ ਗੱਲ ਆ ਜੀ, ਕਿਉਂਕਿ ਹੁਣ ਭਾਵੇਂ ਇਹ ਸੀਰੀਜ਼ ਤੋਂ ਬਾਅਦ ਹੀ ਮਤਲਬ ਅਸੀਂ ਉਹਨਾਂ ਨਾਲ ਇੰਨੀ ਕੁ ਜ਼ਿਆਦਾ ਸਾਡਾ ਉਹਨਾਂ ਨਾਲ ਪਿਆਰ ਪੈ ਗਿਆ, ਤੁਹਾਡੀ ਇੰਟਰਵਿਊ ਤੋਂ ਬਾਅਦ ਅਸੀਂ ਉਹਨਾਂ ਕੋਲ ਹੀ ਚੱਲੇ ਹਾਂ ਪਟਿਆਲੇ। ਚਲੋ ਹੁਣ ਮੈਂ ਇਹ ਪੁੱਛਣਾ ਚਾਹੂੰਗੀ ਕਿ ਜਿੱਦਾਂ ਜਿਹੜਾ ਟਾਈਟਲ ਸੌਂਗ ਆ ਉਹਦੇ ਵਿੱਚ ਚੀਟਿੰਗ ਕਰਦੇ ਹੋ, ਹੈ ਨਾ, ਚਿਟਸ ਵਗੈਰਾ ਚਲਾਉਂਦੇ, ਰੀਅਲ ਲਾਈਫ ਦੇ ਵਿੱਚ ਵੀ ਕਦੀ ਕੀਤਾ ਮੈਂ? ਰੀਅਲ ਲਾਈਫ 'ਚ ਲਾਸਟ 10-15 ਮਿੰਟ ਮਿਲਦੇ ਆ ਤੇ ਉਹ ਚ ਹੋ ਹੀ ਜਾਂਦੀ ਆ। ਮੈਂ ਤਾਂ ਕੀਤੀ ਹੈ ਜੀ।
ਪਰ ਇਹ ਹੈ ਕਿ ਨਾ ਪਰਚੀਆਂ ਨਾਲ ਲੈ ਕੇ ਗਏ, ਉੱਥੇ ਮਿਲ ਜੇ ਤਾਂ ਮਿਲ ਜੇ, ਫੜੇਗੇ ਉਹ ਕਦੀ ਨਾ, ਮੈਨੂੰ ਹਜੇ ਕੋਈ ਮੌਕਾ ਨੀ ਮਿਲਿਆ ਨੈਗੇਟਿਵ ਸ਼ੇਡ ਪਲੇ ਕਰਨ ਦਾ। ਇੱਕ ਫਿਲਮ ਚ ਕੀਤਾ ਸੀਗਾ, ਉਹ ਥੋੜਾ ਜਿਹਾ ਸੀਗਾ, ਵਿਸਾਖੀ ਲਿਸਟ ਦੇ ਵਿੱਚ ਕੀਤਾ ਸੀਗਾ ਮੈਂ, ਪਰ ਉਹ ਵੀ ਐਂਡ ਦੇ ਵਿੱਚ ਪੋਜ਼ਿਟਿਵ ਹੋ ਜਾਂਦਾ, ਪਰ ਜਿਹੜਾ ਥਰੂ ਆਊਟ ਪੂਰਾ ਨੈਗੇਟਿਵ ਹੁੰਦਾ ਉਹਦਾ ਮੈਨੂੰ ਬਹੁਤ ਚਾਅ ਹੁੰਦਾ ਕਰਨ ਦਾ ਉਹ, ਪਰ ਮੈਂ ਛੇਤੀ ਕਰਾਂਗੇ ਜੀ। ਜਸਵਿੰਦਰ ਸਰ ਦਾ ਜਿੱਦਾਂ ਕਿ ਜਿਹੜਾ ਹੈਗਾ ਕਾਮੇਡੀ ਜ਼ਿਆਦਾ ਕਰਦੇ ਨੇ ਤੇ ਘਰ ਦਾ ਮਾਹੌਲ ਵੀ ਐਵੇਂ ਦਾ ਹੀ ਹੁੰਦਾ? ਹਾਂਜੀ ਏਦਾਂ ਦਾ ਹੀ ਹੁੰਦਾ ਜੀ, ਸੋ ਟੋਟ ਕੇ ਛੱਡਦੇ ਰਹਿੰਦੇ ਸਾਡੇ ਤੇ ਵੀ, ਜਿਹੜਾ ਕੋਈ ਆਉਂਦਾ ਇਹ ਆ ਗਿਆ ਤੇ ਛੱਡਤਾ, ਇਹੋ ਜਿਹਾ ਮਾਹੌਲ ਹੈ ਜੀ। ਫੇਮਸ ਡਾਇਲੋਗ ਹੈ ਗੰਦੀ ਔਲਾਦ ਨਾਮ। ਹਾਂਜੀ ਮੇਰੇ ਤੋਂ ਮਿਲਿਆ, ਮੇਰੇ ਤੋਂ ਮਿਲਿਆ, ਲਿਖਿਆ ਮੇਰੇ ਕਰਕੇ। ਤੇ ਤੁਹਾਡੇ ਘਰ ਦੇ? ਮੇਰੇ ਘਰ ਦੇ ਮੈਂ ਤੁਹਾਨੂੰ ਦੱਸ ਦਿੰਦਾ ਜੀ, ਮੇਰੇ ਫਾਦਰ ਸਾਹਿਬ ਜਲੰਧਰ ਦੂਰਦਰਸ਼ਨ ਜੋਬ ਕਰਦੇ ਆ ਤੇ ਉਹਨਾਂ ਦੀ ਬਹੁਤ ਸਪੋਰਟ ਮਿਲੀ ਮੈਨੂੰ, ਉਹਨਾਂ ਨੇ ਪਹਿਲਾਂ ਸਿੰਗਿੰਗ ਲਈ ਵੀ ਉਹਨਾਂ ਨੇ ਮੈਨੂੰ ਲਾ ਦਿੱਤਾ ਸਿੱਖਣੇ, ਤੇ ਰੋਕਿਆ ਨਹੀਂ ਕਦੇ ਵੀ ਕਿਸੇ ਕੰਮ ਤੋਂ, ਸਿਖਾਇਆ ਬਹੁਤ ਕੁਛ ਆ ਵੀ ਏਦਾਂ ਨਹੀਂ ਹੁੰਦਾ ਏਦਾਂ ਹੁੰਦਾ ਆ। ਤੁਹਾਡੇ ਤਾਂ ਡਾਇਲੋਗ ਵਜਿਆ ਗੰਦੀ ਔਲਾਦ ਵਾਲਾ? ਗੰਦੀ ਔਲਾਦ ਨਹੀਂ, ਅਜੇ ਤਾਂ ਨਹੀਂ ਵਜਿਆ, ਜਦੋਂ ਮੈਨੂੰ ਲੱਗਦਾ ਮੈਨੂੰ ਕੰਮ ਕੁੰਮ ਜਾਂ ਮੈਂ ਬੈਲੀ ਘਰ ਚੁੱਪ ਠਾਰ ਕੇ ਗਾਲਾਂ ਤੇ ਪੈਂਦੀਆਂ ਹੁੰਦੀਆਂ, ਗਾਲਾਂ ਪੈਂਦੀਆਂ ਰਹਿੰਦੀਆਂ, ਅਜੇ ਵੀ ਪੈਂਦੀਆਂ ਰਹਿੰਦੀਆਂ। ਤੇ ਨਾਲੇ ਇੱਕ ਥੋੜੀ ਅਜੀਬ ਗੱਲ ਇਹ ਸੀਗੀ ਜੀ, ਮੇਰੇ ਫਾਦਰ ਸਾਹਿਬ ਤੇ ਇਹਨਾਂ ਦੇ ਫਾਦਰ ਸਾਹਿਬ ਇਹ ਦੋਨੋਂ ਸ਼ੁਰੂ ਤੋਂ ਫਰੈਂਡਸ ਨੇ, ਤੇ ਪਰ ਅਸੀਂ ਜਾ ਕੇ ਫਿਲਮ ਦੇ ਥਰੂ ਹੀ ਮਿਲੇ 2013। ਇਹ ਮੈਨੂੰ ਉਦੋਂ ਡੈਡ ਦੱਸਦੇ ਸੀਗੇ, ਕਹਿੰਦੇ ਪਹਿਲਾਂ ਇੱਕ ਦਿਨ ਜਦੋਂ ਆਏ ਆਫਿਸ ਤੋਂ ਬਾਅਦ ਘਰ ਆਏ ਤੇ ਅੰਕਲ ਹੁਣੀ ਆਏ ਹੋਏ ਸੀਗੇ ਤੇ ਕਹਿੰਦੇ ਯਾਰ, ਉਹ ਕਹਿੰਦੇ ਪਹਿਲਾਂ ਤਾਂ ਮੇਰੇ ਨਾਲ ਹੀ ਹੈਲੋ ਹਾਏ ਹੁੰਦੀ ਸੀਗੀ, ਹੁਣ ਮੈਨੂੰ ਬਕਾਇਦਾ ਪੁੱਛਦੇ ਹੋ ਕਰਨ ਦਾ ਕੀ ਹਾਲ ਆ। ਸਰ ਯਾਰ ਜਿਗਰੀ ਕਸੂਤੀ ਡਿਗਰੀ ਹੈ ਨਾ, ਬਹੁਤ ਵਧੀਆ, ਬਹੁਤ ਰਿਸਪੋਂਸ ਮਿਲਿਆ, ਬਹੁਤ ਪਿਆਰ ਦਿੱਤਾ ਲੋਕਾਂ ਨੇ, ਹੈ ਨਾ ਬਹੁਤ ਵੱਡੇ ਲੈਵਲ 'ਤੇ ਆਡੀਅੰਸ ਵੀ ਤੁਹਾਡੇ ਨਾਲ ਜੁੜੀ, ਮਿਲੀਅਨਸ ਵਿੱਚ ਵਿਊਜ਼ ਗਏ, ਅਤੇ ਹੁਣ ਤੁਸੀਂ ਕਿੱਦਾਂ ਉਸ ਚੀਜ਼ ਨੂੰ ਦੇਖਦੇ ਹੋ? ਦੇਖੋ ਜੀ, ਇਹ ਤਾਂ ਇੱਕ ਜਿਵੇਂ ਸੁਪਨਾ ਸੱਚ ਹੋਣ ਵਾਲੀ ਗੱਲ ਆ, ਕਿਉਂਕਿ ਸੋਚਿਆ ਹੀ ਨਹੀਂ ਸੀਗਾ, ਅਸੀਂ ਸੱਚੀ ਨਹੀਂ ਸੋਚਿਆ ਸੀਗਾ ਵੀ, ਅਸੀਂ ਸੋਚਿਆ ਸੀ ਚੱਲ ਠੀਕ ਆ ਟਰਾਈ ਕਰ ਰਹੇ ਹਾਂ ਵੀ ਚਲੋ ਹੋ ਜੂਗਾ ਵੀ ਹੋ ਜੂ, ਪਰ ਇੰਨਾ ਜ਼ਿਆਦਾ ਹੋ ਜੂਗਾ ਇਹ ਤਾਂ ਨਹੀਂ ਸੋਚਿਆ ਸੀਗਾ। ਬਹੁਤ ਵੱਡਾ ਹੁੰਗਾਰਾ। ਹਾਂਜੀ, ਕਿਉਂਕਿ ਆਡੀਅੰਸ ਦੇ ਤਹਿਤ ਲਓ ਜੀ ਬਹੁਤ ਜ਼ਿਆਦਾ ਰਹਿਣੀ ਆ ਅਸੀਂ, ਕਿਉਂਕਿ ਸਾਡੀ 3 ਸਾਲਾਂ ਦੀ ਮਿਹਨਤ ਸੀਗੀ ਇਹ ਵੀ ਵਿੱਚ 13 ਐਪੀਸੋਡ ਬਣਾਉਣੇ ਸਾਡੇ ਲਈ, ਜਿਹੜੇ ਸਾਰੇ 25 ਸਾਲਾਂ ਤੋਂ ਘੱਟ ਨੇ, ਕੋਈ ਪ੍ਰੋਫੈਸ਼ਨਲ ਨਹੀਂ ਹੈਗਾ ਸਾਡੇ ਹਿਸਾਬ ਨਾਲ, ਤਾਂ ਬਹੁਤ ਵੱਡੀ ਗੱਲ ਸੀਗੀ ਜੀ ਇਹ, ਅਤੇ ਉਹ ਆਡੀਅੰਸ ਨੇ ਮਕਬੂਲ ਕੀਤੀ ਜੀ, ਸੋ ਬਹੁਤ ਬਹੁਤ ਅਸੀਂ ਦਿਲੋਂ ਧੰਨਵਾਦੀ ਹਾਂ ਆਡੀਅੰਸ ਦੇ। ਹੁਣ ਵੱਡੀ ਗੱਲ ਹੋਰ ਵੀ ਵਧੀਆ ਲੱਗਦੀ ਆ, ਪਹਿਲਾਂ ਕਦੇ ਕਿਸੇ ਮਤਲਬ ਜਦੋਂ ਪਾਇਲਟ ਬਣਾਉਣ ਤੋਂ ਬਾਅਦ ਹਰ ਇੱਕ ਚੈਨਲ ਕੋਲ ਗਏ, ਉਹਨਾਂ ਨੇ ਦੇਖਿਆ ਨਹੀਂ, ਉਹਨਾਂ ਨੂੰ ਪਸੰਦ ਆਉਂਦਾ ਸੀਗਾ ਸਾਰਿਆਂ ਨੂੰ, ਪਰ ਐਂ ਲੱਗਦਾ ਸੀ ਉਹਨਾਂ ਨੂੰ ਕਿ ਬੱਚੇ ਆ ਇਹ, ਅਤੇ ਅੱਜ ਮੈਂ ਲੱਗਦਾ ਉਹਨਾਂ ਚੈਨਲ ਵਾਲਿਆਂ ਦੇ ਫੋਨ ਆਉਂਦੇ ਆ ਵੀ ਸਾਨੂੰ ਸੈਕਿੰਡ ਪਾਰਟ ਸਾਨੂੰ ਦੇ ਦਿਓ। ਇਹੀ ਤਰੱਕੀ, ਇਹੀ ਚੀਜ਼ ਤੋਂ ਮਾਣ ਹੁੰਦਾ ਵੀ ਕੱਲ ਜਿੱਥੋਂ ਰਿਜੈਕਸ਼ਨ ਮਿਲ ਰਹੀ ਆ ਅੱਜ ਖੁਦ ਉਹ ਬੁਲਾ ਰਹੇ ਆ ਨਾ। ਤੇ ਸਰ ਯਾਰ ਜਿਗਰੀ ਕਸੂਤੀ ਡਿਗਰੀ ਵਿੱਚ ਕੁਝ ਏਦਾਂ ਦੇ ਸੀਨ ਜਿਹੜੇ ਕਿ ਮਤਲਬ ਕਿ ਕਿਹਾ ਹੋਵੇ ਤੁਸੀਂ ਕਿਹਾ ਹੋਵੇ ਸੀਨਸ ਤੋਂ ਬਾਅਦ ਕਿ ਨਹੀਂ ਆਹ ਕਾਲਜ ਲਾਈਫ ਦੇ ਵਿੱਚ ਨਹੀਂ ਸੀਗਾ ਤੇ ਆਪਾਂ ਇਹ ਜਿਹੜਾ ਹੈਗਾ ਵੈਬ ਸੀਰੀਜ਼ ਦੇ ਥਰੂ ਜੀ ਲਿਆ? ਜਿਵੇਂ ਕਾਲਜ ਲਾਈਫ ਦੇ ਵਿੱਚ ਹੁਣ ਦੇਖੋ ਜੀ, ਮੈਂ ਜਿਵੇਂ ਹੁਣ ਸੀਜ਼ਨ 2 ਵੀ ਲਿਖ ਰਹੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਨਹੀਂ ਅਸੀਂ ਆਪ ਨਹੀਂ ਜਿਉਈਆਂ ਉਹ ਉਹਦੇ 'ਚ ਜੀਵਾਂਗੇ ਅਸੀਂ ਸੀਜ਼ਨ 2 'ਚ ਜਿਹੜਾ ਅਸੀਂ ਲਿਖ ਰਹੇ ਹਾਂ। ਸੋ ਇਹਦੇ 'ਚ ਵੀ ਕਈ ਚੀਜ਼ਾਂ ਐਸੀਆਂ ਸੀਗੀਆਂ ਜੀ, ਜਿਵੇਂ ਪੀ ਜੀ ਲਾਈਫ ਹੈਗੀ ਹੈ ਮੇਰੇ, ਵੈਸੇ ਤਾਂ ਮੈਂ ਰਿਹਾ ਤਾਂ ਜ਼ਿਆਦਾ ਰੈਬੀ ਹੋਣਾ ਦੇ ਨਾਲ, ਇਹਨਾਂ ਨੇ ਪੀ ਜੀ ਲਿਆ ਹੁੰਦਾ ਸੀਗਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ, ਸੋ ਮੇਰੇ ਭੂਆ ਜੀ ਰਹਿੰਦੇ ਨੇ, ਮੈਂ ਉਹਨਾਂ ਦੇ ਘਰੇ ਰਹਿੰਦਾ ਹੁੰਦਾ ਸੀ। ਸੋ ਇਹੋ ਜਿਹੀਆਂ ਕਈ ਗੱਲਾਂ ਨੇ ਜਿਵੇਂ ਮੇਰੇ ਲਈ, ਜਿਵੇਂ ਉਹਦੇ ਲਈ ਉਹ ਚੀਜ਼ ਨਹੀਂ ਹੈਗੀ, ਮੇਰੇ ਲਈ ਹੈਗੀ ਆ। ਮੈਂ ਭੂਆ ਘਰੇ ਰਹਿੰਦਾ ਸੀ, ਜਿਵੇਂ ਮੈਂ ਪੀ ਜੀ ਲਾਈਫ ਬਾਹਲੀ ਜ਼ਿਆਦਾ ਇੰਜੋਏ ਨਹੀਂ ਕੀਤੀ, ਹੈ ਨਾ। ਸੋ ਕਾਫੀ ਚੀਜ਼ਾਂ ਐਸੀਆਂ ਨੇ ਜਿਹੜਾ ਜਿਉਣ ਦਾ ਮੌਕਾ ਮਿਲਿਆ, ਜਿਵੇਂ ਉਹਦੇ 'ਚ ਹੁਣ ਮੈਂ ਤੁਹਾਨੂੰ ਦੱਸਿਆ ਮੇਰਾ ਐਕਟਿੰਗ ਜ਼ਿਆਦਾ ਮੇਨ ਫੋਕਸ ਸੀ, ਹੁਣ ਮੈਂ ਕਦੀ ਸਟੇਜ 'ਤੇ ਮੈਂ ਵੈਸੇ ਹੀ ਨਹੀਂ ਕਦੀ ਗਾਇਆ ਸੀ, ਗਾਇਆ ਨਹੀਂ ਸੀ ਕਦੀ, ਐਕਟ ਕੀਤਾ ਸੀਗਾ। ਸੋ ਇਹਦੇ 'ਚ ਮੈਨੂੰ ਮੌਕਾ ਮਿਲਿਆ, ਇਹਦੇ 'ਚ ਮੇਰਾ ਅਤੇ ਜਿਹੜਾ ਏਕਮ ਪ੍ਰਤੀਕ ਸਿੰਘ ਰਾਏ ਜੀ ਦਾ ਕਰੈਕਟਰ ਆ, ਜਿਹੜਾ ਸਾਡੇ ਦੋਨਾਂ ਦਾ ਜਿਹੜਾ ਮੁਕਾਬਲਾ ਹੁੰਦਾ 5ਵੇਂ ਐਪੀਸੋਡ ਦੇ ਵਿੱਚ, ਸੋ ਉਹ ਮੈਂ ਪਹਿਲੀ ਵਾਰੀ ਜਿਉਂਆ ਉਹ ਚੀਜ਼, ਯੂਥ ਫੈਸਟੀਵਲ ਵਾਲੀ ਲਾਈਫ ਆ ਜਿਹੜੀ। ਸੋ ਇਹੋ ਜਿਹੇ ਬਹੁਤ ਮੌਕੇ ਹੁੰਦੇ ਨੇ ਜਿਹੜੀ ਇੱਕ ਐਕਟਰ ਦੀ, ਇਹੀ ਆਈ ਥਿੰਕ ਸਭ ਤੋਂ ਵੱਡੀ ਇੱਕ ਪੋਜ਼ਿਟਿਵ ਗੱਲ ਹੁੰਦੀ ਹੈ ਕਿ ਉਹਨੂੰ ਇੱਕੋ ਲਾਈਫ ਦੇ ਵਿੱਚ ਐਡੇ ਸਾਰੇ ਕਰੈਕਟਰ ਜਿਉਣ ਦਾ ਮੌਕਾ ਮਿਲ ਜਾਂਦਾ। ਸਰ ਜ਼ਿਆਦਾ ਪਿਆਰ ਕਿੱਦਾਂ ਮਿਲਿਆ ਫਿਲਮਸ ਦੇ ਥਰੂ? ਤੁਸੀਂ ਵੀ ਫਿਲਮਸ ਕੀਤੀਆਂ, ਤੁਸੀਂ ਵੀ ਕੀਤੀਆਂ, ਫਿਲਮਸ ਦੇ ਥਰੂ ਮਿਲਿਆ ਆਡੀਅੰਸ ਦਾ ਪਿਆਰ ਜਾਂ ਫਿਰ ਵੈਬ ਸੀਰੀਜ਼ ਤੋਂ? ਦੇਖੋ ਜੀ, ਫਿਲਮਾਂ ਹੁਣ ਤੱਕ 7-8 ਕਰ ਲਈਆਂ ਫੀਚਰ ਫਿਲਮਸ, ਅਤੇ
ਹੁਣ ਜਿਹੜੀ ਆ ਰਹੀ ਆ ਲੀਡ ਤੁਹਾਨੂੰ ਦੱਸਿਆ, ਜਿੰਨਾ ਪਿਆਰ ਵੈਬ ਸੀਰੀਜ਼ ਨੇ ਦਿੱਤਾ, ਜਿੱਡੀ ਪਛਾਣ ਵੈਬ ਸੀਰੀਜ਼ ਨੇ ਦਿੱਤੀ ਆ, ਉੱਡੀ ਕਿਸੇ ਫਿਲਮ ਨੇ ਨਹੀਂ ਦਿੱਤੀ ਅੱਜ ਤੱਕ। ਬਿਲਕੁਲ, ਈਵਨ ਅਜੇ ਤੱਕ ਵੀ ਸਾਲ ਹੋ ਗਿਆ ਸੀਰੀਜ਼ ਨੂੰ, ਤੇ ਲੋਕਾਂ ਨੂੰ ਅਜੇ ਤੱਕ ਚਿਹਰੇ ਯਾਦ ਆ, ਤੇ ਉਹ ਵੀ ਲੋਕ ਐਕਸਾਈਟਡ ਵੀ ਬਹੁਤ ਨੇ ਕਿ ਅਗਲਾ ਸੀਜ਼ਨ ਕਦੋਂ ਆਊਗਾ। ਅਸੀਂ ਕੋਈ ਪੋਸਟ ਪਾ ਦਈਏ, ਕੋਈ ਕੁਝ ਪਾ ਦਈਏ ਥੱਲੇ, ਉਹਦਾ ਨਹੀਂ ਜਵਾਬ ਹੋਊਗਾ ਕਦੋਂ ਆ ਰਿਹਾ ਬਸ ਉਹਨਾਂ ਦਾ ਸੈਕਿੰਡ ਸੀਜ਼ਨ। ਓਕੇ ਸਰ, ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿੱਦਾਂ ਤੁਹਾਡੇ ਫਾਦਰ ਸਾਹਿਬ ਨੇ ਜਸਵਿੰਦਰ ਭੱਲਾ ਜੀ, ਬਹੁਤ ਉੱਗੀ ਸ਼ਖਸੀਅਤ ਹੈ ਪੰਜਾਬੀ ਇੰਡਸਟਰੀ ਦੇ ਵਿੱਚ, ਅਤੇ ਜਦੋਂ ਮਤਲਬ ਕਿ ਫਾਦਰ ਸਾਹਿਬ ਇੱਡੇ ਵੱਡੇ ਮੁਕਾਮ 'ਤੇ ਹੋਣ, ਤਾਂ ਜਿਹੜੇ ਸਨ ਦੀ ਹੁੰਦੀ ਆ ਉਹਨਾਂ ਦੀ ਰਿਸਪੋਂਸੀਬਿਲਟੀ ਹੋਰ ਵੱਧ ਜਾਂਦੀ ਆ, ਅਤੇ ਲੋਕ ਜ਼ਿਆਦਾ ਜਿਹੜਾ ਉਮੀਦ ਕਰਦੇ ਆ, ਤਾਂ ਕਿਸ ਤਰ੍ਹਾਂ ਉਹਨੂੰ ਬਰਕਰਾਰ ਰੱਖ ਰਹੇ ਹੋ ਤੁਸੀਂ? ਦੇਖੋ ਜੀ, ਮੈਂ ਵੈਬ ਸੀਰੀਜ਼ ਤੋਂ ਪਹਿਲਾਂ ਦੀ ਗੱਲ ਆ, ਜਦੋਂ ਮੈਂ ਫੀਚਰ ਫਿਲਮਸ ਕਰ ਰਿਹਾ ਸੀ ਵਿੱਚ ਕੈਰੈਕਟਰ ਰੋਲਸ ਕਰ ਰਿਹਾ ਸੀਗਾ, ਕਿ ਮੈਨੂੰ ਇਹ ਤਾਂ ਪਤਾ ਸੀਗਾ ਵੀ ਜੋ ਜਿੰਨਾ ਮਰਜ਼ੀ ਤੁਸੀਂ ਕਰ ਲਓ ਵੀ ਕੰਪੇਅਰ ਤਾਂ ਐਂਡ 'ਚ ਆ ਕੇ ਤੁਸੀਂ ਹੋਣਾ ਹੀ ਆ, ਜੋ ਮਰਜ਼ੀ ਕਰ ਲਓ, ਹੈ ਨਾ। ਪਰ ਇੱਥੇ ਲੋਕਾਂ ਨੇ ਮੈਨੂੰ ਗਲਤ ਸਾਬਤ ਕੀਤਾ। ਮੈਂ ਅੱਜ ਮਤਲਬ ਮਹਾਰਾਜ ਦੀ ਕਿਰਪਾ ਨਾਲ ਅੱਜ ਤੱਕ ਮੈਂ ਕਦੀ ਕੋਈ ਕਮੈਂਟ, ਨਾ ਕਦੀ ਮੈਨੂੰ ਕਿਸੇ ਨੇ ਕੁਛ ਕਿਹਾ ਇਹਦੇ ਬਾਰੇ ਵੀ ਤੁਹਾਡੇ ਫਾਦਰ ਉਹ, ਉਹਨਾਂ ਨੇ ਹਮੇਸ਼ਾ ਅੱਡ, ਉਹਨਾਂ ਨੂੰ ਐਜ਼ ਅ ਕੌਮਿਕ, ਤਾਂ ਹੀ ਮੈਂ ਵੈਸੇ ਵੀ ਘੱਟ ਕੌਮਿਕ ਕੈਰੈਕਟਰ, ਮੇਰਾ ਸਟਲ ਹੀ ਹੁੰਦਾ ਜ਼ਿਆਦਾ, ਜਾਂ ਮੈਂ ਨੈਗੇਟਿਵ, ਮੈਂ ਤੁਹਾਨੂੰ ਦੱਸਿਆ ਮੈਨੂੰ ਪਸੰਦ ਨੇ ਸਾ, ਲੋਕਾਂ ਨੇ ਕਦੇ ਵੀ ਕੰਪੈਰੀਜ਼ਨ ਰੱਖਿਆ ਹੀ ਨਹੀਂ। ਸੋ ਮੈਨੂੰ ਲੱਗਦਾ ਮੇਹਰ ਆ ਜੀ ਮਾਲਕ ਦੀ। ਬਿਲਕੁਲ ਜੀ, ਪਰਮਾਤਮਾ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ 'ਚ ਰੱਖੇ ਜੀ। ਅਤੇ ਸਰ, ਨੈਕਸਟ ਸੀਜ਼ਨ ਕਦੋਂ ਆ ਰਿਹਾ? ਨੈਕਸਟ ਸੀਜ਼ਨ ਬਸ ਜੀ, ਅੱਜ ਤੁਹਾਨੂੰ ਦੱਸਿਆ ਤਾਂ ਹੀ ਚੱਲਿਆ, ਰਾਈਟਿੰਗ ਚੱਲ ਰਹੀ ਆ ਉੱਥੇ, ਬਸ ਰੱਬ ਸੁੱਖ ਰੱਖੇ ਜੀ, ਦਸੰਬਰ ਐਂਡਿੰਗ ਦੇ ਵਿੱਚ ਸ਼ੂਟ ਸ਼ੁਰੂ ਕਰ ਦੇਣਾ। ਕਰਨ ਸਰ, ਕਿ ਜਦੋਂ ਇਸ ਲੈਵਲ ਦੇ ਉੱਤੇ ਹੈ ਨਾ ਵੈਬ ਸੀਰੀਜ਼ ਰਿਲੀਜ਼ ਹੋਈ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਮਿਲੀਅਨਸ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਸੀ ਵਿਊਜ਼ ਆਏ, ਅਤੇ ਜਦੋਂ ਆਪਾਂ ਕੋਈ ਆਡੀਅੰਸ ਨੂੰ ਚੰਗੀ ਚੀਜ਼ ਪਰੋਸਦੇ ਹਾਂ ਅਤੇ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਹੋਰ ਵੱਧ ਜਾਂਦੀਆਂ, ਸੋ ਕੀ ਟਾਰਗੇਟ ਲੈ ਕੇ ਚੱਲ ਰਹੇ ਹੋ ਅਗਲੇ ਸੀਜ਼ਨ ਦੇ ਲਈ? ਟਾਰਗੇਟ ਉਹ ਦੇਖੋ ਜੀ, ਹੁਣ ਸੀਜ਼ਨ 1 ਨੂੰ ਸਾਨੂੰ ਲਿਖਣ ਨੂੰ ਇੰਨਾ ਟਾਈਮ ਲੱਗਿਆ ਨਹੀਂ ਸੀ ਜਿੰਨਾ ਤੁਹਾਨੂੰ ਲੱਗ ਰਿਹਾ। ਬਿਲਕੁਲ ਬਿਲਕੁਲ, ਕਿਉਂਕਿ ਇੱਕ ਜਦੋਂ ਤੁਸੀਂ ਮਾਈਲਸਟੋਨ ਹੀ ਇੱਥੇ ਸੈੱਟ ਕਰਤਾ ਤਾਂ ਉੱਪਰ ਹੀ ਜਾਊਗਾ, ਉਸ ਤੋਂ ਬਾਅਦ ਥੱਲੇ ਆਉਣ ਦਾ ਬਿਲਕੁਲ ਸਵਾਲ ਹੀ ਨਹੀਂ ਬਣਦਾ। ਤੇ ਸਰ, ਇਸ ਬਾਰੇ ਕੀ ਕੀ ਨਵਾਂ ਆ ਰਿਹਾ, ਕੋਈ ਨਵੇਂ ਕਿਰਦਾਰ ਆ ਰਹੇ ਨੇ ਇਹਦੇ ਵਿੱਚ, ਕੀ ਚੇਂਜ ਹੋ? ਨਵੇਂ ਕਿਰਦਾਰ ਬਹੁਤ ਆ ਰਹੇ ਨੇ ਜੀ ਇਹਦੇ 'ਚ, ਪੁਰਾਣੇ ਤਾਂ ਹੋਣਗੇ ਹੋਣਗੇ, ਨਵੇਂ ਬਹੁਤ ਕਿਰਦਾਰ ਆ ਰਹੇ ਨੇ, ਤੇ ਨਵੇਂ ਤੁਹਾਨੂੰ ਗਾਣੇ ਸੁਣਨ ਨੂੰ ਮਿਲਣਗੇ ਮੇਰੇ ਇਹਦੇ, ਤੇ ਹੋਰ ਵੀ ਬਹੁਤ ਫਨਕਾਰ ਆ ਰਹੇ ਨੇ ਜੀ ਨਵੇਂ। ਮੈਂ ਇਹੀ ਨੈਕਸਟ ਪੁੱਛਣਾ ਸੀਗਾ ਕਿ ਤੁਹਾਡਾ ਦੋਨਾਂ ਦਾ ਕੋਈ ਸੌਂਗ ਆ ਰਿਹਾ ਵਿੱਚ? ਸੌਂਗ ਸਾਡਾ ਵਿੱਚ ਵੀ ਆਊਗਾ ਜੀ, ਅਸੀਂ ਉਹਦੇ 'ਤੇ ਵੀ ਕੰਮ ਚੱਲ ਰਿਹਾ ਸਾਡਾ, ਤਾਂ ਜਿਹੜੇ ਸਾਡੇ ਸਿੰਗਲਸ ਨੇ, ਇੱਕ ਮੇਰਾ ਪਹਿਲਾਂ ਸਿੰਗਲ ਆ ਰਿਹਾ ਜੀ, ਲਿਖਿਆ ਇਹਨਾਂ ਨੇ ਆ, ਮਿਊਜ਼ਿਕ ਸਾਡਾ ਵੀਰ ਜਤਿੰਦਰ ਪੱਟੀ ਜੇ ਟੀ ਬੀਟਸ ਉਹਨਾਂ ਨੇ ਕੀਤਾ, ਅਤੇ ਗਾਇਆ ਦਾਸ ਨੇ ਆ ਜੀ। ਸੋ ਉਹਦਾ ਮੈਂ ਸ਼ੂਟ ਹੁਣ ਯੂਕੇ ਕਰਕੇ ਆਇਆ ਸੀ ਬਰਮਿੰਘਮ, ਅਤੇ ਉਹ ਬਹੁਤ ਜਲਦੀ ਦੇਖਣ ਨੂੰ ਮਿਲੂਗਾ ਲੋਕਾਂ ਨੂੰ। ਫਿਰ ਉਦੋਂ ਬਾਅਦ ਇੱਕ ਸਾਡੇ ਦੋਨਾਂ ਦਾ ਡੂਇਟ ਆ ਰਿਹਾ, ਉਹਦਾ ਸ਼ੂਟ ਵੀ ਹੋ ਚੁੱਕਾ, ਸੋ ਉਹ ਵੀ ਛੇਤੀ ਪਰੋਸਾਂਗੇ ਜੀ ਆਡੀਅੰਸ। ਬਿਲਕੁਲ ਜੀ, ਸਾਨੂੰ ਇੰਤਜ਼ਾਰ ਰਹੇਗਾ, ਅਤੇ ਪਰ ਇਸ ਵਾਰੀ ਕੋਸ਼ਿਸ਼ ਕਰੋ ਕਿ ਲੀਕ ਨਾ ਹੋਵੇ। ਦੇਖੋ ਜੀ, ਸਾਂਭ ਕੇ ਰੱਖੀਦਾ ਹੁਣ ਤਾਂ। ਐਕਚੁਲੀ ਸਾਡੇ ਕੋਲੋਂ ਤਾਂ ਚੀਜ਼ ਚਲੇ ਜਾਂਦੀ ਆ ਵੀ ਅਸੀਂ ਤਾਂ ਕਰ ਦਿੰਦੇ ਹਾਂ, ਰਿਕਾਰਡ ਕਰ ਦਿੱਤਾ ਜਾਂ ਹੈ ਨਾ ਡੱਬ ਕਰ ਦਿੱਤਾ, ਅੱਗੋਂ ਰਿਸਪੋਂਸੀਬਿਲਟੀ ਹੁੰਦੀ ਆ ਉਹਨਾਂ ਦੀ, ਉਹਨਾਂ ਨੇ ਜਦੋਂ ਡਾਟਾ ਇੱਧਰ ਉੱਧਰ ਭੇਜਣਾ ਹੁੰਦਾ ਆ, ਕਿਉਂਕਿ ਇਕੱਲੇ ਗਾਉਣ ਤੋਂ ਬਾਅਦ ਹੋਰ ਬਹੁਤ ਕੰਮ ਵਿੱਚੋਂ ਨਿਕਲਦੇ ਆ, ਗ੍ਰੇਡਿੰਗ ਨਿਕਲ ਜਾਂਦੀ ਆ, ਫਿਰ ਤੁਸੀਂ ਉਹਦਾ ਸੈੱਟ ਕਰਨਾ ਹੁੰਦਾ, ਉਹ ਸਾਰਾ ਕੁਛ ਜੋ ਵੀ ਸਟੂਡੀਓ 'ਚ ਕੰਮ ਹੁੰਦਾ। ਇੱਕ ਹੋਰ ਬਹੁਤ ਆ ਨਾ ਜੀ, ਸਪੋਜ਼ ਹੁਣ ਤੁਹਾਡੇ ਕੋਈ ਬੰਦਾ ਦਿਲ ਦੇ ਬਹੁਤ ਕਰੀਬ ਆ, ਤੁਸੀਂ ਚਾਹੁੰਦੇ ਹੋ ਵੀ ਮੈਂ ਜੋ ਕੀਤਾ ਮੈਂ ਉਹਨੂੰ ਸੁਣਾਵਾਂ, ਤੁਸੀਂ ਭੇਜਦੇ ਹੋ, ਉਹਦੇ ਦਿਲ ਦਾ ਕਰੀਬ ਵੀ ਬਹੁਤ ਹੁੰਦਾ ਨਾ, ਪਰ ਉਹ ਐਂ ਲੀਕ ਹੁੰਦਾ ਨਾ ਗਾਣੇ। ਸੋ ਆ ਹੁਣ ਥੋੜ੍ਹਾ ਜਿਹਾ ਪਰਹੇਜ਼ ਹੀ ਕਰੀਦਾ ਜੀ ਇਸ ਚੀਜ਼ ਤੋਂ। ਤੇ ਸਰ, ਫਿਰ ਅਗਲਾ ਜਿਹੜਾ ਟਰੈਕ ਹੈ, ਅਗਲੇ ਪ੍ਰੋਜੈਕਟਸ ਤੁਹਾਡੇ ਕੀ ਨੇ, ਤੁਹਾਡੇ ਤੇ ਤੁਹਾਡੇ? ਬਸ ਇਹੀ ਜੀ ਫਿਲਮ ਆ ਰਹੀ ਹੈ ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਉਹਦੇ 'ਚ ਬਾਈ ਵੀ ਹੈਗੇ ਨੇ ਜੀ, ਅਤੇ ਅਸੀਂ ਦੋਨੋਂ ਇਕੱਠੀ ਦੇਖਾਂਗੇ ਤੁਹਾਨੂੰ ਜ਼ਿਆਦਾਤਰ। ਫਿਰ ਇੱਕ ਮਾਰਚ ਦੇ ਵਿੱਚ ਫਿਲਮ ਕਰ ਰਿਹਾ ਜੀ ਮੈਂ, ਉਹ ਮਾਰਚ ਦੇ ਵਿੱਚ ਸ਼ੁਰੂ ਹੋਣੀ ਹੈ, ਨਿਤੇਸ਼ ਕਥੂਰੀਆ ਜੀ ਨੇ ਲਿਖੀ ਹੋਈ ਹੈ ਜੀ, ਅਤੇ ਗਾਣੇ ਆ ਰਹੇ ਆ, ਵੈਬ ਸੀਰੀਜ਼ ਆ ਰਹੀਆਂ ਜੀ। ਸਰ, ਤੁਹਾਡੇ ਨਾਲ ਇੰਸੀਡੈਂਟ ਹੋਇਆ ਸੀਗਾ ਕਿ ਜਿਹੜੇ ਫੈਨਸ ਆ, ਫੈਨਸ ਫੋਲੋਇੰਗ ਬਹੁਤ ਜ਼ਿਆਦਾ ਹੈ ਨਾ, ਜਿੱਥੇ ਕਿਤੇ ਵੀ ਜਾਂਦੇ ਉਹ ਮਿਲਦੇ ਆ, ਪਰ ਕਈ ਵਾਰੀ ਤੁਹਾਡਾ ਨਾਮ ਜਿਹੜਾ ਉਹ ਗਲਤ ਲੈ ਲੈਂਦੇ ਆ, ਬਹੁਤ ਵਾਰੀ ਹੋਇਆ ਮੈਨੂੰ, ਤਾਂ ਇੱਕ ਇਹਦਾ ਤਾਂ
ਦਰਸ਼ਕ ਜਿਹੜੇ ਨਾਮ ਨਾਲ ਜਾਣਦੇ ਜਿਦਾਂ ਤੁਸੀਂ ਜੱਸ ਹੋ ਗਏ ਲੱਕੀ ਹੋ ਗਏ ਤੇ ਉਸ ਚੀਜ਼ ਨੂੰ ਕਿਵੇਂ ਫੀਲ ਕਰਦੇ ਹੋ? ਬਹੁਤ ਵਧੀਆ ਗੱਲ ਆ ਜੀ, ਆਈ ਥਿੰਕ ਜੇ ਇੱਦਾਂ ਲੋਕ ਕਰ ਰਹੇ ਨੇ ਇਹਦਾ ਮਤਲਬ ਕਿ ਸਾਡੇ ਵੱਲੋਂ ਕਰੈਕਟਰ ਨੂੰ ਜਸਟਿਸ ਹੋ ਗਿਆ। ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਜਦੋਂ ਤੁਹਾਨੂੰ ਕਰੈਕਟਰ ਦੇ ਕਰੈਕਟਰ ਦੇ ਨਾਮ ਤੋਂ ਬਿਲਕੁਲ ਫਾਦਰ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਜਸਵਿੰਦਰ ਭੱਲਾ, ਠੀਕ ਹੈ, ਤੁਸੀਂ ਪਿੰਡਾਂ 'ਚ ਚਲ ਜਾਓ ਅੱਜ ਵੀ ਲੋਕੀ ਚਾਚਾ ਕਹਿੰਦੇ ਆ, ਤਾਂ ਉਹ ਛਣਕਾਟਿਆਂ ਨੇ ਛਾਪ ਐਸੀ ਛੱਡੀ ਹੋਈ ਆ ਕਿ ਲੋਕਾਂ ਨੇ ਉਹ ਫਿਰ ਧੁਰਾਂ ਤੱਕ ਹੀ ਜਾਂਦੀ ਹੈ ਜੀ ਉਹ। ਬਿਲਕੁਲ ਸਰ, ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ। ਥੈਂਕ ਯੂ ਵੈਰੀ ਮਚ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਰੰਗਲਾ ਟੀਵੀ ਵੱਲੋਂ ਬੈਸਟ ਵਿਸ਼ੇਸ ਹੈ ਤੁਹਾਨੂੰ। ਥੈਂਕ ਯੂ ਅਗਲੇ ਸੀਜ਼ਨ ਦੇ ਲਈ, ਥੈਂਕ ਯੂ ਪ੍ਰੋਜੈਕਟਸ ਦੇ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਜੀ, ਇਹ ਸੀ ਸਾਡੇ ਨਾਲ ਪੁਖਰਾਜ ਭੱਲਾ ਤੇ ਕਰਨ ਸੰਧਾਵਾਲੀਆ ਜੀ। ਸੋ ਜਾਰ ਜਿਗਰੀ ਕਸੂਤੀ ਡਿਗਰੀ ਦੀ ਪਹਿਲੀ ਸੀਰੀਜ਼ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਸੀ ਤੇ ਦੂਸਰੀ ਸੀਜ਼ਨ ਵੀ ਜਲਦ ਆ ਰਿਹਾ ਤੇ ਉਮੀਦ ਕਰਦੇ ਹਾਂ ਤੁਸੀਂ ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ ਰੰਗਲਾ ਟੀਵੀ। ਸਤਿ ਸ਼੍ਰੀ ਅਕਾਲ।